ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬ GK ਯੂਟਿਊਬ ਚੈਨਲ। ਦੋਸਤੋ, ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ 2020-2021 ਦਾ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਫਿਰ ਇੱਕ ਵਾਰ ਸਮਾਰਟਫੋਨਾਂ ਦੀ ਗੱਲ ਕੀਤੀ ਗਈ ਹੈ। ਦੋਸਤੋ, ਮਨਪ੍ਰੀਤ ਬਾਦਲ ਜੀ ਨੇ ਦੱਸਿਆ ਕਿ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਆ 10 ਲੱਖ ਸਮਾਰਟਫੋਨਾਂ ਲਈ। ਦੋਸਤੋ, ਅਗਰ ਗੱਲ ਕਰੀਏ ਤਾਂ 100 ਕਰੋੜ ਰੁਪਏ ਜਿਹੜੇ ਰੱਖੇ ਗਏ ਉਹ ਸਿਰਫ 10 ਲੱਖ ਸਮਾਰਟਫੋਨਾਂ ਲਈ ਰੱਖੇ ਗਏ ਆ। ਦੋਸਤੋ, ਆਪਾਂ ਡਿਵਾਈਡ ਕਰਕੇ ਤੁਹਾਨੂੰ ਦੱਸਦੇ ਹਾਂ ਕਿ 100 ਕਰੋੜ ਨੂੰ ਅਗਰ 10 ਲੱਖ ਨਾਲ ਡਿਵਾਈਡ ਕਰਦੇ ਹਾਂ ਤਾਂ ਇੱਕ ਮੋਬਾਈਲ ਦੀ ਕੀਮਤ ਕਿੰਨੀ ਹੋਵੇਗੀ। ਦੋਸਤੋ, ਆਪਾਂ ਡਿਵਾਈਡ ਕਰਦੇ ਹਾਂ 100 ਕਰੋੜ ਡਿਵਾਈਡਡ ਬਾਏ 10 ਲੱਖ। ਦੋਸਤੋ, ਇੱਕ ਫੋਨ ਦੀ ਕੀਮਤ ਸਿਰਫ 1000 ਰੁਪਈਆ ਆਵੇਗੀ। ਕੀ ਤੁਸੀਂ ਸੋਚ ਸਕਦੇ ਹੋ ਕਿ 1000 ਰੁਪਏ ਦਾ ਸਮਾਰਟਫੋਨ ਅੱਜ ਦੇ ਟਾਈਮ ਵਿੱਚ ਕਾਫੀ ਹੋਵੇਗਾ? ਜਾਂ ਹਜੇ ਤਾਂ ਇਹ ਸਮਾਰਟਫੋਨ ਆਇਆ ਨਹੀਂ, ਪਰ ਤੁਸੀਂ ਖੁਦ ਹੀ ਹਿਸਾਬ ਲਗਾ ਲਓ ਕਿ 100 ਕਰੋੜ ਅਗਰ 10 ਲੱਖ ਫੋਨ ਲਈ ਰੱਖਿਆ ਗਿਆ ਤਾਂ ਇੱਕ ਫੋਨ ਦੀ ਕੀਮਤ ਸਿਰਫ 1000 ਰੁਪਈਆ ਆ ਰਹੀ ਆ। ਅਤੇ ਤੁਸੀਂ ਆਪ ਹੀ ਹਿਸਾਬ ਲਾਓ ਵੀ ਉਹ ਸਮਾਰਟਫੋਨ ਕਿੱਦਾਂ ਦਾ ਹੋਵੇਗਾ ਜਿਸ ਦੀ ਕੀਮਤ ਸਿਰਫ 1000 ਰੁਪਈਆ ਰੱਖੀ ਗਈ ਆ। ਇਹ ਤਾਂ ਹੁਣ ਜਦੋਂ ਸਮਾਰਟਫੋਨ ਸਰਕਾਰ ਵੱਲੋਂ ਦਿੱਤੇ ਜਾਣਗੇ ਉਦੋਂ ਹੀ ਪਤਾ ਚੱਲ ਸਕੇਗਾ ਕਿ ਸਮਾਰਟਫੋਨ ਕਿਸ ਤਰ੍ਹਾਂ ਦਾ ਸਰਕਾਰ ਦੇ ਰਹੀ ਆ। ਦੋਸਤੋ, ਇਹ ਸੀ ਅੱਜ ਦੀ ਵੀਡੀਓ। ਦੋਸਤੋ, ਵੀਡੀਓ ਕਿਵੇਂ ਲੱਗੀ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ।